ਯੂਟਿਊਬ ਸਟਰੀਆ ਕਾਲ ਵੈਲਕਮ ਬੈਕ ਟੂਡੇ ਆਪਣੇ YouTube ਚੈਨਲ ਪੰਗੂ ਬਲੌਗ ਦੇ ਉੱਪਰ ਮੈਂ ਹਮੇਸ਼ਾ ਆਪਣੇ ਡੇਲੀ ਜਿਹੜੇ ਨਗੇ ਰੂਟੀਨ ਬਲੌਗ ਤੁਹਾਡੇ ਨਾਲ ਸ਼ੇਅਰ ਕਰਦੀ ਆਂਗੀ ਆਈ ਹੂਪ ਤੁਹਾਨੂੰ ਉਹ ਪਸੰਦ ਆਉਂਦੇ ਹੋਣਗੇ ਨਾ ਤੇ ਅੱਜ ਦਾ ਬਲੌਗ ਜਿਹੜਾ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ ਬਿਕਾਜ਼ ਇਹਦੇ ਵਿੱਚ ਮੈਂ ਜਿਹੜਾ ਹੈਗਾ ਟੀ ਮਸਾਲਾ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਕਿ ਮੈਂ ਘਰ ਦੇ ਵਿੱਚ ਕਿੱਦਾਂ ਬਣਾਉਣੀ ਆਂ ਮੈਂ ਆਲਵੇਸ ਇਹਨੂੰ ਘਰੇ ਬਣਾਉਣੀ ਆਂ ਕਿ ਤੇ ਇਹਦੇ ਨਾਲ ਜਿਹੜਾ ਜ਼ਿਆਦਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਇਹ ਮੈਂ ਕਿਵੇਂ ਬਣਾਉਣੀ ਆ ਕਿ ਕਿਹੜੀ ਚੀਜ਼ਾਂ ਲੈ ਇਥੇ ਮੈਂ ਸਾਰਾ ਸਮਾਨ ਹੈ ਜਿਹੜਾ ਆਪਣਾ ਉਹ ਇਕੱਠਾ ਕਰਕੇ ਰੱਖ ਲਿਆ ਜੋ-ਜੋ ਮੈਨੂੰ ਚਾਹੀਦਾ ਸੀਗਾ ਨਾਲ ਹੀ ਮੈਂ ਕੋਲੀ ਮਿਕਸੀ ਰੱਖ ਲਈ ਕਿਉਂਕਿ ਬਾਰੀ-ਬਾਰੀ ਵੀ ਨਾ ਜਾਣਾ ਪਵੇ ਨਾਲ ਮੈਂ ਲੈ ਲਿਆਗਾ ਸੀਜ਼ਰ ਕਿਉਂਕਿ ਇਹਦੇ ਨਾਲ ਜੋ ਵੀ ਪੈਕਟ ਵਗੈਰਾ ਨੇ ਉਹ ਕੱਟ-ਕੱਟ ਕੇ ਮੈਂ ਇਹਦੇ ਵਿੱਚ ਇਕੱਠੇ ਪਾਉਂਦੀ ਜਾਊਂਗੀ ਮੈਂ ਮਸਾਲਾ ਕਾਫੀ ਟਾਈਮ ਦਾ ਬਣਾ ਲੈਣੀ ਆਂਗੇ 2-3 ਕ ਮੰਥ ਚੱਲ ਜਾਂਦਾ ਹੈਗਾ ਮੇਰਾ ਇੰਨੇ ਸਮਾਨ ਨਾਲ ਤਿੰਨ ਪੈਕਟ ਮੈਂ ਲੈ ਨਹੀਂ ਜਿਹਦੇ ਵਿੱਚ ਕਾਰਡਮਮ ਜਾਨੇ ਕਿ ਹਰੀਆਂ ਇਲਾਚੀਆਂ ਛੋਟੇ ਵਾਲੀਆਂ ਉਹ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਉਂਗੀ ਹਰੀਆਂ ਇਲਾਚੀਆਂ ਤੇ ਬਾਕੀ ਜਿਹੜਾ ਹੋਰ ਸਮਾਨ ਹੈ ਉਹ ਤੁਹਾਨੂੰ ਮੈਂ ਬਨ ਬਾਈ ਬਨ ਨਾਲ ਦੀ ਨਾਲ ਦੱਸਦੀ ਜਾਵਾਂਗੀ ਤੇ ਲਓ ਜੀ ਆਪਾਂ ਕੱਟ ਕੇ ਉਹਦੇ ਵਿੱਚ ਪਾਈ ਜਾਵਾਂਗੇ ਡਾਇਰੈਕਟ ਇਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਕੋਈ ਜ਼ਿਆਦਾ ਮਤਲਬ ਇਹ ਹੋਵੇ ਵੀ ਐਕਸਪੈਂਸਿਵ ਹੋਵੇ ਹਨਾ ਜਾਂ ਕੋਈ ਛਾਪਾ ਨੂੰ ਨਾ ਮਿਲਣ ਵਾਲਾ ਹੋਵੇ ਸਾਰੇ ਤੀਜੇ इजीली ਮਿਲ ਜਾਂਦੀਆਂ ਨੇਗੀਆਂ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗਾ ਮੈਂ ਹਰੀਆਂ ਇਲਾਚੀਆਂ ਨੇ ਤਿੰਨੋਂ ਹੀ ਪੈਕੇਟ ਨਹੀਂ ਜਿਹੜੇ ਉਹ ਪਾ ਚੱਕੀਆਂਗੇ ਤੇ ਨੈਕਸਟ ਮੈਂ ਪਾਉਂਗੀ ਇਹਦੇ ਵਿੱਚ ਮੈਂ ਸੋਚਿਆ ਕੱਲਾਂ ਵੀ ਮੈਂ ਇਹਨਾਂ ਨੂੰ ਕਲੀਨਿੰਗ ਵੀ ਮੈਂ ਥੋੜੀ ਨਾਲ ਦੀ ਨਾਲ ਕਰਦੀ ਹੁੰਨੀ ਆਂਗੀ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਮੈਂ ਹੌਲਦੀ ਅਸੀਂ ਜਿਹੋ ਵੀ ਪੈਕਟ ਖੋਲਦੀ ਆ ਮੈਂ ਉਹਨੂੰ ਨਾਲ ਦੀ ਨਾਲ ਮੈਨੂੰ ਇਹ ਹੁੰਦਾ ਹੈਗਾ ਵੀ ਵਿਨ ਕਰੀ ਜਾਵਾਂ ਮੈਂ ਖਲੀਰਾ ਜਾ ਨਹੀਂ ਪਾਗੀ ਰਾਜੀ ਜੀ ਜਹੇ ਮੈਂ ਥੋੜੀ ਕੁਕਿੰਗ ਕਰਾਂ ਉਹਦੇ ਵਿੱਚ ਵੀ ਮੈਨੂੰ ਇਹ ਹੁੰਦਾ ਹੈਗਾ ਵੀ ਕਲੀਨਿੰਗ ਜ਼ਰੂਰੀ ਹੈਗੇ ਨਾਲ ਦੀ ਨਾਲ ਕਰਦੀ ਰਹਿਣੀ ਆਂਗੇ ਸੋ ਨੈਕਸਟ ਆਪਾਂ ਲੱਗਾਂਗੇ ਇਹਦੇ ਵਿੱਚ ਸੈਕੰਡ ਇਨਗਰੀਡੀਐਂਟ ਪਾਉਣ ਸੰਡ ਤੇ ਉਹਦੇ ਉਹ ਮਤਲਬ ਲਾਈਕ ਅਦਰਕ ਤੋਂ ਬੰਦ ਆਗਾ ਹਨਾ ਮੈਂ ਇਹਦਾ ਇੱਕ ਪੈਕਟ ਲੈ ਕੇ ਆਈ ਸੀ ਜਿਹੜਾ ਕਿ ਕਾਫੀ ਲੰਮਾ ਸਮਾਂ ਚੱਲ ਜਾਂਦਾ ਹੈਗਾ ਹੁੰਦਾਗਾ ਇੱਕ ਗੱਠੀ ਜੀ ਐਡ ਕਰਦੀ ਹੁੰਨੀ ਐ ਮੈਂ ਇਹਦੀ ਤੋੜ ਕੇ ਉਹਨੂੰ ਹੱਥ ਨਾਲ ਹੀ ਟੁੱਟ ਜਾਂਦਾ ਹੁੰਦਾ ਹੈਗਾ ਜਨੇ ਕਿ ਜ਼ਿਆਦਾ ਛੋਟਾ ਨਹੀਂ ਟੁੱਟਦਾ ਵੈਸੇ ਮੋٹے ਜਿਹੇ ਟੁਕੜੇ ਹੋ ਜਾਂਦੇ ਨੇ ਤੇ ਉਹ ਮੈਂ ਪਾਤਾ ਇੱਕ ਗੱਠੀ ਇਹਨੂੰ ਨਾਲ ਦੀ ਨਾਲ ਜਿਹੜਾ ਮੈਂ ਰਬੜ ਚੜਾਤੀ ਬਿਕੋਜ਼ ਜੀ ਆਪਾਂ ਨੂੰ ਬੰਦ ਕਰਕੇ ਰੱਖ ਦੇਣਾ ਤਾਂ ਇਹ ਵਧੀਆ ਰਹਿੰਦਾ ਹੈਗਾ ਨਹੀਂ ਤਾਂ ਫ੍ਰੀਜੇ ਸਿੱਲਾ ਹੋ ਗਿਆ ਫਿਰ ਉਹ ਪੀਸਿਆ ਨਹੀਂ ਜਾ ਸਕਦਾ ਨਾਲ ਦੇ ਨਾਲ ਮੈਂ ਜਿਹੜੇ ਹੁਣੇ ਹੋਰ ਇਧਰ ਉਧਰ ਹੱਥ ਮਾਰਦੀ ਰਹਿੰਦੇ ਆਂਗੀ ਵੀ ਮੈਨੂੰ ਕੋਈ ਵੀ ਚੀਜ਼ ਦੀ ਦਿੱਕਤ ਹੈ ਜਿਹੜੀ ਉਹ ਨਾ ਵੀ ਤੁਸੀਂ ਵੀ ਇਹਦਾ ਕਰ ਸਕਦੇ ਹੋਗੇ ਹਨਾ ਇਹਦੇ ਨਾਲ ਆਪਣੇ ਕੁਕਿੰਗ ਜਿਹੜੀ ਬਹੁਤ ਈਜ਼ੀ ਹੋ ਜਾਂਦੀ ਹੈਗੀ ਤੇ ਨਾਲ ਹੀ ਆਪਾਂ ਨੂੰ ਹਮੇਸ਼ਾ ਇੱਕ ਰੂਟੀਨ ਬਣਾਉਣੀ ਚਾਹੀਦੀ ਹੈ ਹਰ ਇੱਕ ਕੰਮ ਦੀ ਤੇ ਹਰ ਇੱਕ ਚੀਜ਼ ਜਿੰਨਾ ਹੋ ਸਕੇ ਆਪਾਂ ਘਰ 'ਚ ਬਣਾਈਏ ਤਾਂ ਜੋ ਉਹਦਾ ਇਹ ਹੋਵੇ ਆਪਾਂ ਨੂੰ ਘਟੂ ਘਟੇ ਸੰਤੁਸ਼ਟੀ ਤਾਂ ਹੋਵੇ ਵੀ ਮਤਲਬ ਇਹਦੇ ਵਿੱਚ ਕੁਝ ਨਹੀਂ ਜੋੜਿਆ ਮਤਲਬ ਐਕਸਟਰਾ ਪਾਇਆ ਆਪਾਂ ਨੇ ਕੋਈ ਵੀ ਕੈਮੀਕਲ ਨਹੀਂ ਥਰਡ ਆਪਾਂ ਲੈ ਲਏ ਨੇ ਜੀ ਲੌਂਗ ਲੌਂਗ ਜਿਆਦਾ ਗਰਮ ਹੁੰਦੇ ਨੇ ਹਨਾ ਸੁੰਡ ਵੀ ਜਿਆਦਾ ਗਰ ਕਿ ਮੈਨੂੰ ਇਹਨਾਂ ਨੂੰ ਲਿミਟਡ ਕੁਆਂਟੀਟੀ ਦੇ ਵਿੱਚ ਲੈਣੀਆਂ ਇਹ ਨਹੀਂ ਹੈਗਾ ਵੀ ਤਿੰਨ ਪੈਕਟਾਂ ਦੇ ਵਿੱਚ ਇੱਕ ਪੈਕੇਟ ਸੁੱਟਤਾ ਲੌਂਗ ਵੀ ਮੈਂ ਵੱਡਾ ਪੈਕੇਟ ਲੈ ਕੇ ਆਈ ਸੀ ਕਾਫੀ ਟਾਈਮ ਹੋ ਗਿਆ ਇਹਨੂੰ ਲੈ ਰਹੀ ਤੇ ਚਾਰ ਬਾਰੀ ਮਸਾਲਾ ਬਣ ਚੁੱਕੇ ਇੱਕ ਬਾਰੀ ਇਹਦੇ ਵਿੱਚ ਹੋਰ ਬਣ ਜਾਊਗਾ ਤੇ ਲੌਂਗ ਮੈਂਨੇ ਇੱਕ ਮੁਠੀ ਭਰ ਕੇ ਪਾਏ ਐ ਤੇ ਹੁਣ ਲੈ ਲਈ ਮੈਂ ਉਸ ਤੋਂ ਬਾਅਦ ਸਿਨਮਨ ਸਟਿਕਸ ਜਿਹਦੇ ਵਿੱਚ ਮੈਂ ਇੱਕ ਹੀ ਸਟਿਕ ਪਾਈ ਐ ਤੁਹਾਨੂੰ ਦਿਖਾ ਦਿੰਨੀ ਆ ਇਹ ਮੈਂ ਵੀ ਚੈੱਕ ਕਰਕੇ ਪਾਈ ਐ ਮੈਂ ਕਿ ਕੋਈ ਵੀ ਖਰਾਬ ਨਾ ਹੋਵੇ ਵੈਸੇ ਇਹ ਤਾਂ ਮੈਂ ਨਵਾਂ ਲੈ ਕੇ ਆਈ ਸੀ ਕਿਉਂਕਿ ਇਹ ਜਿਆਦਾ ਟਾਈਮ ਨਹੀਂ ਚੱਲਦੇ ਇਹਦੇ ਵਿੱਚ ਇੱਕ ਪੈਕਟ ਦੇ ਵਿੱਚ 5-6 ਹੀ ਹੁੰਦੀਆਂ ਨੇਗੀਆਂ ਸੋ ਮੰਨ ਲਓ ਤਿੰਨ ਕਵਾਰੀ ਬਣਦਾਗਾ ਮਸਾਲਾ ਲਓ ਜੀ ਆਪਾਂ ਇਨਗਰੀਡੀਅੰਟ ਨੇ ਜਿਹੜੇ ਆਪਾਂ ਸਾਰੇ ਪਾ ਚੁੱਕਿਆਂਗੇ ਇਹਦੇ ਵਿੱਚ ਮੈਂ ਸੌਰੀ ਇੱਕ ਵੱਡੀਆਂ ਇਲਾਚੀਆਂ ਵੀ ਪਾਈਆਂ ਸੀਗੀਆਂ ਜਿਹਦੇ ਨਾਲ ਟੇ ਵਧੀਆ ਹੋ ਜਾਂਦਾ ਹੈਗਾ ਉਹ ਮੈਂ ਤਿੰਨ ਤੋਂ ਚਾਰ ਹੀ ਐਡ ਕੀਤੀਆਂ ਸੀਗੀਆਂ ਹੁਣ ਇਹਨੂੰ ਮੈਂ ਕਰਤਾ ਹੈ ਮਿਕਸੀ ਨੂੰ ਸਟਾਰਟ ਇਹਨੂੰ ਥੋੜਾ ਹਲਾ ਕੇ ਪੀਸਣਾ ਪੈਂਦਾ ਹੈਗਾ ਤੇ ਇਹਦਾ ਜਿਹੜਾ ਕਿ ਜਿੰਨਾ ਵਧੀਆ ਹੋ ਸਕੇ ਵੀ ਆਪਾਂ ਪਾਊਡਰ ਬਣਾਈਏ ਇਹਨੂੰ ਦਰਦਰਾ ਜਾਂ ਨਾ ਰੱਖੀਏ ਮੈਂ ਕਹਿੰਦੀ ਦਰਦਰਾ ਵੀ ਰੱਖ ਲੈਣੀ ਆ ਫਿਰ ਉਹਦੇ ਨਾਲ ਜਿਹੜਾ ਹੈਗਾ ਉਹ ਦੁੱਗਣਾ ਯੂਜ਼ ਹੁੰਦਾਗਾ ਤੇ ਇਹਦੇ ਨਾਲ ਕੀ ਹੈਗਾ ਆਪਣੀ ਚਾਹ ਦਾ ਟੇਸਟ ਤੁਹਾਨੂੰ ਦੱਸੇਗੀ ਬਹੁਤ ਜ਼ਿਆਦਾ ਮਤਲਬ ਜਦੋਂ ਆਪਾਂ ਨੂੰ স্মੈਲ ਕਰਦੇ ਆਂਗੇ ਤਾਂ ਫ੍ਰੈਗਰੈਂਸ ਬਹੁਤ ਜ਼ਿਆਦਾ ਸੁਹਣੀ ਆਉਂਦੀ ਹੈਗੀ ਤੇ ਦੂਸਰਾ ਇਹ ਹੈਗਾ ਵੀ ਮਤਲਬ ਕਿ ਆਪਾਂ ਨੂੰ ਬਾਜ਼ਾਰੋਂ ਇਹਨੂੰ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਹਦੀ ਇੱਕ ਛੋਟੀ ਜੀ ਡੱਬੀ ਬਾਜ਼ਾਰ 'ਚ ਬਹੁਤ ਮਹਿੰਗੀ ਮਿਲਦੀ ਹੈਗੀ ਮੇਬੀ 4-5 ਡਾਲਰ ਦੀ ਮਿਲਦੀ ਹੈ ਜਦੋਂ ਕਿ ਇਹ ਹੈਗਾ ਜਿਹਦੀ ਕੁਆਂਟੀਟੀ ਵੀ ਵੱਧ ਗਈ ਹੈਗੀ ਮੇਰੇ ਕੋਲੇ ਉਹ ਕੁਆਂਟੀਟੀ ਵੀ ਥੋੜੀ ਜੀ ਹੁੰਦੀ ਹੈਗੀ ਤੇ ਉਹ ਥੋੜਾ ਜਿਹਾ ਟਾਈਮ ਹੀ ਚੱਲਦੀ ਹੈ ਇਹ ਲੌਂਗ ਟਾਈਮ ਚੱਲੂਗਾ ਘੱਟੋ ਘੱਟ 2 2.5 ਮਹੀਨਿਆਂ ਦਾ ਮੇਰਾ ਇਹ ਮਸਾਲਾ ਬਣ ਚੁੱਕਿਆ ਹੈਗਾ ਦੂਸਰਾ ਇਹ ਹੈਗਾ ਕਿ ਇਹ ਪ्योर ਹੈਗਾ ਆਪਾਂ ਨੇ ਜੋ ਆਪਾਂ ਨੂੰ ਪਸੰਦ ਹੈ ਜੋ ਟੇਸਟ ਆਪਾਂ ਨੂੰ ਚਾਹੀਦਾ ਇਹਦੇ ਵਿੱਚ ਆਪਾਂ ਨੇ ਉਹੀ ਚੀਜ਼ਾਂ ਐਡ ਕੀਤੀਆਂ ਨੇਗੀਆਂ ਲੋ ਜੀ ਮਸਾਲਾ ਆਪਣਾ ਜਿਹੜਾ ਮੈਂ ਹੌਲੀ ਹੌਲੀ ਹਲਾ ਕੇ ਪੀਸ ਲਿਆਗਾ ਇਸ ਤਰ੍ਹਾਂ ਤੁਸੀਂ ਵੀ ਕਿਚਨ ਦੇ ਵਿੱਚ ਕੁਝ ਆਪਣੀ ਹੈਬਿਟ ਬਣਾ ਸਕਦੇ ਹੋਗੇ ਜਿਹਦੇ ਨਾਲ ਕੀ ਹੈਗਾ ਚੀਜ਼ਾਂ ਤੁਸੀਂ ਘਰੇ ਰੈਡੀ ਕਰ ਸਕਦੇ ਹੋਗੇ ਬਾਜ਼ਾਰ ਚੋਂ ਮਤਲਬ ਉਹਦੇ ਬੀਜ ਵਗੈਰਾ ਜਿੱਦਾਂ ਕਿ ਆਪਾਂ ਲੈ ਆਉਨੇ ਆਂਗੇ ਜਿੱਦਾਂ ਕਿ ਹੁਣ ਮੈਂ ਇਹ ਲੌਂਗ ਵਗੈਰਾ ਹਨਾ ਵਾਰੀ ਲੈ ਕੇ ਆਈ ਸੀਗੀ ਇਹਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਸਬਜੀ ਮਸਾਲਾ ਵੀ ਘਰੇ ਬਣਾਉਣੀ ਹੁੰਦੀਆਂ ਨੇ ਮੈਂ ਕਦੇ ਵੀ ਬਾਜ਼ਾਰ ਵਾਲਾ ਨਹੀਂ ਲੈਂਦੀ ਕਿਉਂਕਿ ਉਹਦੇ ਵਿੱਚ ਮੈਨੂੰ ਨਹੀਂ ਯਕੀਨ ਹੁੰਦਾ ਉਹਨਾਂ ਨੇ ਕੀ ਕੀ ਪਾਇਆਗਾ ਹਨਾ ਉਹਦੇ ਵਿੱਚ ਉਹ ਕੁਝ ਵੀ ਐਡ ਕਰ ਸਕਦੇ ਨੇਗੇ ਕਿਉਂ ਤਾਂ ਹੀ ਉਹਦੇ ਐਕਸਪਾਇਰੀ ਡੇਟ ਹੈ ਜਿਹੜੀ ਲੌਂਗ ਹੁੰਦੀ ਹੈਗੀ ਤੇ ਜਦੋਂ ਆਪਾਂ ਘਰ 'ਚ ਚੀਜ਼ ਬਣਾਉਨੇ ਆ ਉਹਦਾ ਟੇਸਟ ਆ ਆਪਾਂ ਆਪਣੇ ਅਕੋਰਡਿੰਗ ਜਿਹੜਾ ਹੈਗਾ ਬਣਾਉਨੇ ਆਂਗੇ ਵੀ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਹਨਾ ਸਾਡੀ ਫੈਮਿਲੀ ਇਹ ਚੀਜ਼ਾਂ ਲਾਈਕ ਕਰਦੀ ਹੈ ਕਈਆਂ ਦੀਆਂ ਫੈਮਲੀਆਂ 'ਚ ਹੁੰਦਾ ਹੈਗਾ ਕਿ ਸਿਨਮਮ ਸਟ੍ਰਿਕ ਨੂੰ ਨਹੀਂ ਹੈ ਮਤਲਬ ਕੀ ਲਾਈਕ ਕੀਤਾ ਜਾਂਦਾ ਤਾਂ ਉਹਨੂੰ ਸਕਿਪ ਕਰ ਸਕਦੇ ਨੇ ਜਦੋਂ ਆਪਾਂ ਬਜ਼ਾਰ ਵਾਲਾ ਮਸਾਲਾ ਲੈਨੇ ਆ ਉਹਦੇ ਵਿੱਚ ਸਾਰਾ ਕੁਝ ਹੀ ਪਾਇਆ ਹੁੰਦਾ ਹੈਗਾ ਤੇ ਆਪਾਂ ਉਹਦੇ ਵਿੱਚ ਕੁਝ ਨਹੀਂ ਇਹ ਕਰ ਸਕਦੇ ਵੀ ਕੱਢ ਨਹੀਂ ਸਕਦੇ ਸੋ ਇਹਦੇ ਨਾਲ ਦੋ ਚੀਜ਼ਾਂ ਹੋ ਜਾਂਦੀਆਂ ਨੇ ਇੱਕ ਪੈਸੇ ਦੀ ਬਚਤ ਦੂਜਾ ਕੀ ਇਹ ਕੁਆਂਟੀਟੀ ਬਚ ਜਾਂਦੀ ਹੈਗੀ ਤੀਸਰਾ ਕੀ ਆਪਨੇ ਅੱਖੇ ਦੇਖ ਕੇ ਬਣਾਇਆ ਹੁੰਦਾ ਹੈਗਾ ਜਿਹੜੀ ਇਹਦੀ ਫ੍ਰੈਗਰੈਂਸ ਦੇਖੋ ਮੈਂ ਲੈ ਕੇ ਦੇਖੀ ਤਾਂ ਬਹੁਤ ਜ਼ਿਆਦਾ ਸੁਣੀ ਆ ਰਹੀ ਸੀ ਇਸ ਤਰ੍ਹਾਂ ਆਪਾਂ ਕਾਫੀ ਚੀਜ਼ਾਂ ਦੀ ਜਿਹੜੀ ਹੈਗੀ ਬਜਟ ਘਟ ਸਕਦੇ ਆਂਗੇ ਜੇ ਆਪਾਂ ਘਰ ਦੇ ਵਿੱਚ ਹੀ ਕੰਮ ਕਰੀਏ ਇੱਕ ਤਾਂ ਇਹਦੇ ਨਾਲ ਆਪਾਂ ਨੂੰ ਇਹ ਰਹਿੰਦਾਗਾ ਵੀ ਮਤਲਬ ਕਿ ਚਲੋ ਆਪਾਂ ਬਿਜ਼ੀ ਰਹਨੇ ਆਂਗੇ ਹਨਾ ਆਪਣਾ ਦਿਮਾਗ ਜਿਹੜਾ ਇੱਧਰ ਉੱਧਰ ਨਹੀਂ ਜਾਂਦਾ ਇਸ ਕਰਕੇ ਆਪਣੇ ਆਪ ਨੂੰ ਬਿਜ਼ੀ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈਗਾ ਕਿ ਆਪਣੇ ਸਾਰੇ ਕੰਮ ਖੁਦ ਆਪਣੇ ਹੱਥੀ ਕਰੀਏ ਸੋ ਆਪਾਂ ਦੱਸਿਓ ਮੈਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਪਾਊਡਰ ਜਿਹੜਾ ਇਹ ਬਣ ਚੁੱਕਿਆ ਹੈਗਾ ਤੇ ਤੁਸੀਂ ਵੀ ਇਸ ਨੂੰ ਬਣਾ ਕੇ ਦੇਖੋ ਇਸੇ ਤਰੀਕੇ ਦੇ ਨਾਲ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਆ ਕਰੋ ਜੀ ਦੇ ਨਾਲ ਕੀ ਹੈਗਾ ਮੈਨੂੰ ਮਤਲਬ ਵਧੀਆ ਲੱਗਦਾ ਹੈਗਾ ਤੇ ਮੈਂ ਇਹਦਾ ਹੁਣ ਦੇਖੋ ਇਹ ਵਾਲਾ ਜਿਹੜਾ ਮਸਾਲਾ ਇਹਦੇ ਵਿੱਚ ਕੋਈ ਹੋਰ ਗੱਲ ਦੱਸਾਂ ਮੈਂ ਇਹਨੂੰ ਚੰਗੀ ਤਰ੍ਹਾਂ ਕੱਢ ਲਿਆਗਾ ਨੀਚੇ ਇਹਦੀ ਪਰਤ ਜੀ ਥੋੜੀ ਜੀ ਜੰਮ ਜਾਂਦੀ ਹੈ ਮੈਂ ਉਹਨੂੰ ਵੀ ਵੇਸਟ ਨਹੀਂ ਕਰਦੀ ਮੈਂ ਹੁਣ ਲੱਗਣਾ ਸੀਗਾ ਚਾਹ ਬਣਾਉਣੇ ਇਸ ਕਰਕੇ ਮੈਂ ਸੋਚਿਆ ਵੀ ਇਹਨੂੰ ਧੋ ਕੇ ਥੋੜਾ ਜਾਂ ਮਤਲਬ 2 ਚਮਚ 3 ਚਮਚ ਪਾਣੀ ਦੇ ਪਾ ਕੇ ਇਹਨੂੰ ਮੈਂ ਜਿਹੜਾ ਹੈਗਾ ਆਪਣੀ ਚਾਹ ਦੇ ਵਿੱਚ ਐਡ ਕਰ ਲਵਾਂਗੀ ਨਾਲੇ ਤੋਂ ਦੇ ਨਾਲ ਕੀ ਹੈਗਾ ਇਹੇ ਜਾ ਰਿਹਾ ਜਿਹੜਾ ਮਿਕਸੀ ਦਾ ਉਹ ਸਾਫ਼ ਹੋ ਜਾਏਗਾ ਦੂਸਰਾ ਕੀ ਹੈਗਾ ਇਹਦੀ ਰੀਸਟੇਜ ਵੀ ਨਹੀਂ ਹੋਊਗੀ ਇਸ ਤਰ੍ਹਾਂ ਆਪਾਂ ਹਨਾ ਮਤਲਬ ਛੋਟੇ-ਛੋਟੇ ਟਿਪਸ ਨੇ ਜਿਹੜੇ ਉਹ ਕਰਕੇ ਆਪਦੀ ਕਿਚਨ ਨੂੰ ਨੀਟ ਐਂਡ ਕਲੀਨ ਤੇ ਆਪਣੇ ਖਰਚਿਆਂ ਨੂੰ ਬੈਲੈਂਸ ਕਰ ਸਕਦੇ ਹਾਂਗੇ ਕੰਨਿਆਂ ਨੇ ਕਹਿ ਦੇਣਾ ਕਿ ਇਹਦੇ ਨਾਲ ਕੀ ਖਰਚਾ ਬਚਣਾਗਾ ਇਹਦੇ ਨਾਲ ਇਦਾਂ ਉਦਾਂ ਤੋਂ ਪਲੀਜ਼ ਉਹ ਚੀਜ਼ਾਂ ਨਾ ਸੋਚਿਆ ਕਰੋ ਇਹ ਵੀ ਦੇਖਿਆ ਕਰੋ ਨਾ ਵੀ ਤੁਹਾਡੀ ਇਹਦੇ ਚ ਪਾਇਰਿਟੀ ਕਿੰਨੀ ਹੈਗੀ ਪਾਇਰਿਟੀ ਤੇ ਪੈਸਾ ਹਰ ਇੱਕ ਚੀਜ਼ 'ਚ ਬਚੇ ਦਾ ਜੇ ਆਪਾਂ ਬਚਾਈਏ ਜੇ ਆਪਣੀ ਇੱਕ ਰੂਟੀਨ ਬਣਾਈ ਹੋਵੇ ਇੱਕ ਬੈਲੈਂਸ ਤਰੀਕੇ ਨਾਲ ਆਪਾਂ ਚੱਲੀਏ ਅਲਤੂ ਫਲਤੂ ਸਮਾਨ ਆਪਾਂ ਨਾ ਲਈਏ ਜਿਹਦੇ ਨਾਲ ਕਿ ਉਹ ਕਿਚਨ ਦੇ ਵਿੱਚ ਹੈ ਕਿ ਆਪਣਾ ਕੋਈ ਜ਼ਿਆਦਾ ਗਾਹ ਵੀ ਨਹੀਂ ਪੈਂਦਾ ਆਪਾਂ ਨੂੰ ਜ਼ਿਆਦਾ ਕਲੀਨਿੰਗ ਵੀ ਨਹੀਂ ਕਰਨੀ ਪੈਂਦੀ ਜਿੰਨੀਆਂ ਜ਼ਿਆਦਾ ਆਪਾਂ ਚੀਜ਼ਾਂ ਲਵਾਂਗੇ ਉੰਨੀ ਜ਼ਿਆਦਾ ਆਪਣੇ ਕੰਮ ਵਧਦੇ ਨੇ ਇਸ ਕਰਕੇ ਬਾਈ ਉਹੀ ਚੀਜ਼ਾਂ ਕਰੋ ਜੋ ਆਪਾਂ ਨੂੰ ਜ਼ਰੂਰਤ ਹੈਗੀ ਜ਼ਰੂਰਤ ਤੋਂ ਵੱਧ ਕੇ ਕਦੇ ਵੀ ਆਪਣਾ ਪੈਸਾ ਨਹੀਂ ਲਾਉਣ ਬੇਸਟ ਕਰਨਾ ਚਾਹੀਦਾ ਲਓ ਜੀ ਆਪਣਾ ਹੋ ਗਿਆ ਸਾਰਾ ਡਨ ਮਿਲਦਾ ਹੈ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ